ਸਤਿ ਸ਼੍ਰੀ ਅਕਾਲ ਜੀ। ਸਤਿ ਸ਼੍ਰੀ ਅਕਾਲ, ਠੀਕ ਆ। ਮੈਂ ਕਿਹਾ ਸ਼ਿਮਲਾ ਮਿਰਚ ਲਾਈ ਹੋਈ ਹੈ? ਹਾਂਜੀ ਹਾਂ, ਸ਼ਿਮਲਾ ਮਿਰਚ ਇਹ ਆਪਣੇ ਭਤੀਜੇ ਨੇ ਲਾਈ ਹੋਈ ਆ। ਅੱਛਾ। ਅਤੇ ਨੈੱਟ 'ਚ ਵਧੀਆ, ਬਹੁਤ ਵਧੀਆ ਮਿਹਨਤ ਨਾਲ ਕਰਕੇ, ਕਿਉਂਕਿ ਇਹ ਜਿਹੜੀ ਹੁੰਦਾ ਕਮਜ਼ੋਰ ਹੋ ਜਾਂਦਾ ਨਾ ਬੂਟਾ, ਇਹਨੂੰ ਲਾ ਕੇ ਉਹਦੇ ਨਾਲ ਬਹੁਤ ਮਿਹਨਤ ਨਾਲ ਪਾਲਣਾ ਪੈਂਦਾ ਅਤੇ ਵਧੀਆ ਇਹ ਲੱਗਦੇ ਇਹਨਾਂ ਨੂੰ। ਫਿਰ ਇਹਦੇ 'ਚ ਸਪਰੇਅ ਵਗੈਰਾ ਨਹੀਂ ਕਰਦੇ, ਸਾਰਾ ਔਰਗੈਨਿਕ। ਹਾਂ, ਔਰਗੈਨਿਕ ਰੱਖਿਆ ਵਾ ਇਹਦੇ। ਇਹ ਨੈੱਟ ਦੇ ਕਰਕੇ ਇਹਦੇ 'ਚ ਕੋਈ ਮੱਛਰ ਮੱਖੀ ਉਹਦੇ 'ਚ ਆਉਂਦੀ ਨਹੀਂ ਹੈਗੀ, ਉਸ ਕਰਕੇ ਉਹ ਔਰਗੈਨਿਕ ਔਰਗੈਨਿਕ ਹਾਂਜੀ ਹਾਂ। ਇਹਦਾ ਮਤਲਬ ਨੈੱਟ ਦੇ ਨਾਲ ਇਹੀ ਵੱਡਾ ਬੈਨੀਫਿਟ? ਹਾਂਜੀ ਹਾਂ, ਨੈੱਟ ਨਾਲ ਇਹਦਾ ਬੈਨੀਫਿਟ ਆ। ਅਤੇ ਇਹਨੂੰ ਜਿਹੜੇ ਆਮ ਆਪਾਂ ਖਾਂਦੇ ਹਾਂ, ਪਬਲਿਕ ਨੂੰ ਵੀ ਵੇਚਦੇ ਹਾਂ, ਤਾਂ ਉਹ ਵਧੀਆ ਇੰਨਾ ਵੀ ਸਾਰੇ ਲਾਈਕ ਕਰਦੇ ਇਹਨੂੰ। ਉਹ ਕਹਿੰਦੇ ਨਾ ਵੀ ਇੱਕ ਕਹਾਵਤ ਹੈ ਵੀ ਜਿਹਨੂੰ ਜੀਣ ਦਾ ਸਲੀਕਾ ਉਹਦੇ ਇੱਥੇ ਹੀ ਅਮਰੀਕਾ। ਅਮਰੀਕਾ ਸਾਰੇ ਤੁਹਾਡੇ ਬੇਟਾ ਜੀ ਤੁਹਾਡੇ ਕੈਨੇਡਾ ਦੇ? ਮੇਰਾ ਬੇਟਾ ਕੈਨੇਡਾ ਹੈ, ਭਤੀਜਾ ਇੰਗਲੈਂਡ ਆ, ਭਤੀਜੀ ਕੈਨੇਡਾ ਹੈ, ਅਤੇ ਇੱਥੇ ਅਸੀਂ ਬੇਟਾ ਵੱਡਾ ਮੇਰਾ ਇੱਥੇ ਆ। ਅਸੀਂ ਫਿਰ ਥੋੜ੍ਹਾ ਬਹੁਤਾ ਖੇਤੀਬਾੜੀ ਦੇ ਨਾਲ ਸਬਜ਼ੀ ਦਾ, ਹੁਣ ਅਸੀਂ ਕਰਿਆ ਆਪਣਾ ਸ਼ੋਅਰੂਮ ਵੀ ਬਣਾਇਆ ਸਬਜ਼ੀ ਦਾ। ਇਹ ਜਿਹੜਾ ਤੁਸੀਂ ਫਾਰਮ ਫਰੈਸ਼ ਹੈ? ਹਾਂਜੀ ਹਾਂ, ਇਹ ਫਾਰਮ ਫਰੈਸ਼ ਇਹੀ ਆਪਣਾ ਸ਼ੋਅਰੂਮ ਬਣਾਇਆ ਸੀ ਵੀ, ਤਾਂ ਕਿ ਜਿਹੜੀ ਪਬਲਿਕ ਨੂੰ ਆਪਾਂ ਵਧੀਆ ਕੀਟਾਣੂ ਰਹਿਤ, ਇਹਨਾਂ ਤੋਂ ਦਵਾਈਆਂ ਤੋਂ ਰਹਿਤ ਆਪਾਂ ਸਬਜ਼ੀਆਂ ਸਪਲਾਈ ਕਰ ਸਕੇ। ਦਵਿੰਦਰ ਜੀ ਆ ਗਏ ਜੀ, ਆਜੋ ਦਵਿੰਦਰ, ਆਜੋ ਆਜੋ, ਆਪਾਂ ਇਹ ਵੀ ਜਿਹੜਾ ਤਾਰ ਤੋਂ ਧਿਆਨ ਨਾਲ ਆਜੋ, ਬਸ ਆਜੋ 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 ਆਜੋ। ਵਾਹ ਜੀ ਵਾਹ, ਸਾਡੇ ਪ੍ਰੋਫੈਸਰ ਸਾਹਿਬ ਨੇ ਪਿੰਡ ਦੇ ਲਾਇਆ ਕਰੋ, ਸਾਰੇ ਪਿੰਡ ਦੀ ਸ਼ਾਨ ਆ। ਅਸੀਂ ਵੀ ਮਾਣ ਨਾਲ ਕਹਿ ਸਕਦੇ ਵੀ ਸਾਡਾ ਛੋਟਾ ਜਿਹਾ ਪਿੰਡ ਦੀ ਸ਼ਾਨ ਨਹੀਂ ਹੈ, ਹੁਣ ਪ੍ਰੋਫੈਸਰ ਦਵਿੰਦਰ ਜਿਹੜੇ ਹੈ ਰੋਪੜ ਜ਼ਿਲ੍ਹੇ ਦੀ ਸ਼ਾਨ ਆ। ਤੁਸੀਂ ਜਿਹੜਾ ਚੁੰਨੀ ਕਲਾਂ ਯੂਨੀਵਰਸਿਟੀ ਕਾਲਜ ਹੈ ਸਰ? ਹਾਂਜੀ, ਸਰਕਾਰ ਦਾ ਜਿਹੜਾ ਕੋਂਸਟੈਂਟ ਕਾਲਜ ਖੁੱਲ੍ਹੇ ਹੋਏ ਨਾ ਸੈਂਟਰ ਦੇ। ਹਾਂਜੀ, ਉਹ ਸਰ ਉੱਥੇ ਮੇਰੀ ਐਡਮਿਸ਼ਨ ਹੋਗੀ ਸੀ। ਥੋੜ੍ਹਾ ਜਿਹਾ ਨਾ ਮਾਈਕ ਦੇ ਕਰਕੇ ਤੁਹਾਨੂੰ ਥੋੜ੍ਹਾ ਜਿਹਾ ਉੱਚੀ ਬੋਲਣਾ ਪਊਗਾ। ਮੈਂ ਯੂਨੀਵਰਸਿਟੀ ਕਾਲਜ ਚੁੰਨੀ ਕਲਾਂ ਜਿਹੜਾ ਹੁਣ ਪੜ੍ਹਾ ਰਿਹਾ, ਅਤੇ 2013 'ਚ ਸਾਡੀ ਜਿਹੜੀ ਇਹ ਸਿਲੈਕਸ਼ਨ ਹੋ ਗਈ ਸੀਗੀ, ਅਤੇ ਪੰਜਾਬ ਦੇ ਸੈਂਟਰ ਨੇ ਜਿਹੜੇ ਕਾਲਜ ਖੋਲ੍ਹੇ ਸੀਗੇ ਉਹਨਾਂ ਦੀ ਬਦੌਲਤ ਅਸੀਂ ਉਹਨਾਂ ਪਿਛੜੇ ਇਲਾਕਿਆਂ ਦੇ ਵਿੱਚ ਪੜ੍ਹਾ ਰਹੇ। ਨਹੀਂ, ਬੜਾ ਵਧੀਆ। ਅੱਜ ਨਾ ਅਸੀਂ ਸਰਦਾਰ ਹਰਜਿੰਦਰ ਸਿੰਘ ਜੀ ਨਾਲ ਗੱਲਾਂ ਬਾਤਾਂ ਕਰਨ ਆਏ ਹਾਂ। ਹਾਂਜੀ, ਇਹਨਾਂ ਦੇ ਭਤੀਜਾ ਜੀ ਹੈਗੇ ਆ ਸੁਖਵਿੰਦਰ। ਦੇਖੋ, revoxshoes.com ਅੱਜ ਕੱਲ ਨਾ ਸੀ ਉਹਨਾਂ ਦਾ ਸਾਡੇ ਚੈਨਲ ਤੇ ਜਿਹੜਾ ਯਾਦਾਂ ਦਾ ਸ਼ਹਿਰ ਰੋਪੜ ਗਰੁੱਪ ਹੈ, ਰੇਡੀਓ ਹੈ, ਉਹਦੇ ਤੇ ਵੀ ਬੜਾ ਅਸੀਂ ਚਲਾਇਆ ਹੋਇਆ ਹੈ ਨਾ। ਉਹ revoxshoes.com ਤੇ ਸਾਨੂੰ ਕਾਫੀ ਸਪੋਂਸਰਸ਼ਿਪਸ ਵੀ ਦੇ ਰਹੇ ਹੈ। ਠੀਕ ਹੈ। ਔਰ ਉਹਨਾਂ ਦਾ ਦੂਸਰਾ ਪੱਖ ਵੀ ਦਿਖਾਉਣਾ ਚਾਹੁੰਦੇ ਉਸ ਪਰਿਵਾਰ ਦਾ। ਠੀਕ ਹੈ। ਸੁਖਵਿੰਦਰ ਸੁਖੀ ਯੂਕੇ ਤੋਂ ਬੈਠੇ ਆ ਔਰ ਆਪਣੇ ਪਿੰਡ ਨੂੰ ਯਾਦ ਕਰਦੇ ਆ, ਔਰ ਮਾਵੀ ਸਾਹਿਬ ਤੁਹਾਡਾ ਨਾਮ ਖਾਸ ਤੌਰ ਤੇ ਲਿਆ ਕਿ ਉਹਨਾਂ ਨੂੰ ਮਿਲਾ ਕੇ ਲਿਆਓ। ਕੀ ਕੁਛ ਬੀਜਦੇ ਆ ਆਪਾਂ ਇਸ ਪਿੰਡ ਦੇ ਵਿੱਚ? ਇਹਦੇ 'ਚ ਅਸੀਂ ਇਹ ਸ਼ਿਮਲਾ ਮਿਰਚ ਤੇ ਖੀਰਾ ਵੀ ਨੈੱਟ 'ਚ ਲਗਾਉਂਦੇ ਹਾਂ। ਇਹ ਉਹ ਫਸਲ ਖਤਮ ਹੋ ਗਈ ਸੀ, ਉਹ ਤੋਂ ਬਾਅਦ ਇਹ ਸ਼ੁਰੂ ਹੋ ਗਿਆ ਸੀ ਜੀ। ਤੇ ਬਾਕੀ ਭਿੰਡੀ, ਤੋਰੀ, ਘੀਆ, ਕਰੇਲਾ, ਆਪਣਾ ਇੱਕ ਸੋਇਆਬੀਨ ਦੀ ਬੜੀਆਂ ਫਲੀਆਂ ਹੁੰਦੀਆਂ ਲੰਬੀ, ਉਹ ਚੀਜ਼ਾਂ, ਹਾਂ ਇਹ ਚੀਜ਼ਾਂ ਅਸੀਂ ਆਮ ਆਪਣੇ ਖੇਤ 'ਚ ਕਰਕੇ। ਅੱਛਾ, ਦੇਖੋ ਮੈਂ ਦਵਿੰਦਰ ਜੀ ਤੁਹਾਡੇ ਕੋਲ ਕਈ ਵਾਰੀ ਆਇਆ, ਦੋ ਤਿੰਨ ਵਾਰੀ ਇੱਥੋਂ ਸਾਈਕਲਿੰਗ ਕਰਦੇ ਲੰਘਦਾ ਵੀ ਹਾਂ ਮੈਂ। ਅੱਛਾ ਜੀ, ਬਿਲਕੁਲ। ਮੈਂ ਰੇਡੂਆਣਾ ਪਿੰਡ ਦੱਸਿਆ ਵੀ ਇਹ ਛੋਟਾ ਜਿਹਾ ਪਿੰਡ ਹੈ, ਰੇਡੂਆਣਾ ਕਹਿੰਦੇ? ਹਾਂ, ਰੇਡੂਆਣਾ ਕਹਿੰਦੇ। ਵੈਸੇ ਪਿੰਡ ਦਾ ਨਾਂ ਗੁਰਦਾਸਪੁਰਾ ਹੈ, ਗੁਰਦਾਸਪੁਰ ਜਿਹੜਾ ਇਹਦਾ ਆਪਾਂ ਕਾਲੀਆਂ 'ਚ ਨਾ, ਪਿੰਡ ਦਾ ਨਾਂ ਗੁਰਦਾਸਪੁਰਾ। ਇਹਨੂੰ ਇਹ ਪੁਰਾਣੇ ਟਾਈਮ 'ਚ ਪਿੰਡ ਕਿਤੇ ਟਿਕਦਾ ਨਹੀਂ ਤਾਂ ਰੁੜੀ ਜਾਂਦਾ ਤਾ, ਜਿੱਦਾਂ ਹਰ ਉਡਾਉਣ 'ਚ ਉਹ ਰੇਡੂਆਣਾ ਇਹਦਾ ਨਾਂ ਪੈ ਗਿਆ ਪਿੰਡ ਦਾ। ਉਹ ਸਿਆਣੇ ਹੀ ਦੱਸਦੇ ਆ ਵੀ ਇਹਦੇ ਕਰਕੇ ਰੇਡੂਆਣਾ ਕਹੀ ਜਾਂਦੇ ਤੇ। ਹਾਂ, ਹੁਣ ਵੀ ਮੈਂ ਕਿਹਾ ਗੁਰਦਾਸਪੁਰਾ ਤਾਂ ਅਗਲਾ ਕਹਿੰਦਾ ਯਾਰ ਅਸੀਂ ਤਾਂ ਸੁਣਿਆ ਨਹੀਂ, ਤੇ ਰੇਡੂਆਣਾ ਕਹੇ ਤੇ ਅਗਲਾ ਕੋਈ ਵੀ ਆਮ ਉਹ ਕਹਿੰਦਾ ਪਤਾ ਵੀ ਰੇਡੂਆਣਾ ਫੂਲ ਕੋਲ ਪਿੰਡ। ਦੇਖੋ ਅੰਦਰ ਕਿੰਨੀ ਹੀਟ ਹੈ ਨਾ। ਹਾਂਜੀ ਹਾਂ, ਹੀਟ ਦਾ ਹੀ ਹੈ ਸਾਰਾ। ਅੱਛਾ, ਹਾਂਜੀ ਹਾਂ। ਇਹ ਦੇਖੋ ਇਹਦੇ ਨਾਲ ਕਿੰਨਾ ਵਧੀਆ, ਇਹ ਬੂਟੇ ਕਿੰਨੇ ਨਹੀਂ ਕਮਜ਼ੋਰ ਹੁੰਦੇ ਨਾ, ਤੇ ਇਹ ਤਾਂ ਹੁਣ ਤੋੜਨੀਆਂ ਨਾ ਕੁਛ ਸ਼ਿਮਲਾ ਮਿਰਚਾਂ, ਉਹ ਅੱਗੇ ਲੱਗੀਆਂ ਵੀ ਕਾਫੀ, ਤੇ ਇਹ ਇਹਨਾਂ ਨੂੰ ਫਿਰ ਵਜਨ ਚੱਕਣਾ ਹੀ ਔਖਾ ਹੋ ਜਾਂਦਾ। ਪ੍ਰੋਫੈਸਰ ਸਾਹਿਬ ਇੱਕ ਗਿਫਟ ਤਾਂ ਕਰੋ ਮੈਨੂੰ, ਸ਼ਿਮਲਾ ਮਿਰਚ ਉਹ ਤੋੜ ਕੇ, ਨਹੀਂ ਇਹ ਨਹੀਂ, ਵੱਡੀ ਵੱਡੀ ਲੈ ਕੇ ਤੋੜ ਕੇ ਦੋ। ਹਾਂ, ਉੱਥੋਂ ਅੱਗੇ ਤੋਂ ਲਿਓ, ਉਹਦੇ ਪਰ ਉਹਦੇ ਪਰ ਇੱਕ ਦੋ ਤੋੜ ਕੇ ਦੋ, ਅਸੀਂ ਦਿਖਾਈਏ ਸ਼ਿਮਲਾ ਮਿਰਚ। ਹਾਂ, ਇੱਥੇ ਲਿਆ ਤੋੜ ਕੇ ਜਿਹੜੇ ਨਾ ਜਿੰਨੇ ਸਾਡੇ ਪ੍ਰੈਜ਼ੀਡੈਂਟ ਹੈ ਤੋੜ ਲੈ ਬੜੀਆਂ ਬੜੀਆਂ। ਯਾਦਾਂ ਦਾ ਸ਼ਹਿਰ ਰੋਪੜ ਗਰੁੱਪ ਦੇ ਮੈਂਬਰ ਬਣੇ ਹੋਏ ਜੀ, ਬਣੇ ਹੋਏ ਜੀ। ਹਾਂ, ਕਿੱਦਾਂ ਦਾ ਲੱਗ ਰਿਹਾ ਕੰਮ? ਸਰ ਬਹੁਤ ਵਧੀਆ ਲੱਗ ਰਿਹਾ ਜੀ, ਡਿਫਰੈਂਟ ਹੈ। ਸਾਨੂੰ ਪਹਿਲਾਂ ਤਾਂ ਅਸੀਂ ਆਪ ਜੀ ਨੂੰ ਵੈਲਕਮ ਕਹਿੰਦੇ ਹਾਂ ਵੀ ਤੁਸੀਂ ਸਾਡੇ ਇਸ
ਫਾਰਮ ਹਾਊਸ ਦੇ ਉੱਤੇ ਆਏ ਤੇ ਸਾਡੇ ਬੜੇ ਸਤਿਕਾਰਯੋਗ ਹਰਜਿੰਦਰ ਸਿੰਘ ਜੀ ਥੋੜਾ ਜਿਹਾ ਨੇੜੇ ਆ ਕੇ ਬੋਲਣਾ ਪਿਆ ਤੁਹਾਡੀ ਆਵਾਜ਼ ਦੀ ਸ਼ਾਇਦ ਦਿੱਕਤ ਆ ਰਹੀ ਹੈ ਸਤਿਕਾਰ ਹਰਜਿੰਦਰ ਸਿੰਘ ਦੇ ਨਾਲ ਤੁਸੀਂ ਮੁਲਾਕਾਤ ਕੀਤੀ ਅੰਕਲ ਜੀ ਨਾਲ ਪਰ ਸਾਨੂੰ ਵੀ ਮਾਣ ਹੈ ਕਿਉਂਕਿ ਇਹ ਇਲਾਕੇ ਦੀ ਸੇਵਾ ਜਿਹੜੀ ਆਰਗੈਨਿਕ ਸਬਜ਼ੀਆਂ ਦੇ ਨਾਲ ਕਰਦੇ ਰਹਿੰਦੇ ਨੇ ਅਸੀਂ ਤੁਹਾਨੂੰ ਵੀ ਬਹੁਤ ਬਹੁਤ ਮੁਬਾਰਕਬਾਦ ਰੱਖਦੇ ਹਾਂ ਵੀ ਤੁਸੀਂ ਸਾਡਾ ਪਿੰਡ ਚੁਣਿਆ ਪਿੰਡ ਚੁਣਿਆ ਪਿੰਡ ਦੇ ਨਾਲ ਅਸੀਂ ਪਹਿਲਾਂ ਤੁਹਾਨੂੰ ਚੁਣਿਆ ਠੀਕ ਹੈ ਜੀ ਸਹੀ ਗੱਲ ਰਜਿੰਦਰ ਸਿੰਘ ਜੀ ਨੇ ਚੁਣਿਆ ਔਰ ਦੇਖੋ ਯੂਕੇ ਦੇ ਵਿੱਚ ਬੈਠੇ ਇੱਕ ਯੂਕੇ ਚ ਵੀ ਅਸੀਂ ਜਿਹੜਾ ਉਹਨੇ ਸੁਖਵਿੰਦਰ ਸਿੰਘ ਨੇ ਸਬਜ਼ੀਆਂ ਦਾ ਸ਼ੋਅਰੂਮ ਬਣਾਇਆ ਉਹ ਕਹਿੰਦਾ ਮੈਨੂੰ ਇੰਨਾ ਵਧੀਆ ਉਹਨੇ ਉਹਦਾ ਨਾਮ ਵੀ ਫਾਰਮ ਫਰੈਸ਼ ਰੱਖਿਆ ਉੱਥੇ ਵੀ ਫਾਰਮ ਫਰੈਸ਼ ਉੱਥੇ ਵੀ ਫਾਰਮ ਦੇਖੋ ਜੀ ਮੈਂ ਜਿਹੜਾ ਦੱਸਣਾ ਚਾਹੂੰਗਾ ਆਹ ਹੈ ਫਾਰਮ ਫਰੈਸ਼ ਸਬਜ਼ੀਆਂ ਦੇਖੋ ਔਰਗੈਨਿਕ ਸਰਦਾਰ ਹਰਜਿੰਦਰ ਸਿੰਘ ਜੀ ਇਹਨਾਂ ਦੇ ਭਤੀਜਾ ਜੀ ਤੁਹਾਡੇ ਨੈੱਟ ਹੈ ਕੁਛ ਅੱਗੇ ਇਹਨਾਂ ਦੀ ਵੀ ਜ਼ਮੀਨ ਹੈ 5-6 ਏਕੜ ਉੱਥੇ ਵੀ ਜਾ ਕੇ ਅਸੀਂ ਭਿੰਡੀਆਂ ਵਗੈਰਾ ਵੀ ਤੁਹਾਨੂੰ ਦਿਖਾਵਾਂਗੇ ਔਰ ਪ੍ਰੋਫੈਸਰ ਦਵਿੰਦਰ ਸਿੰਘ ਸਾਡੇ ਨਾਲ ਖੜੇ ਨੇ ਜਿਹੜੇ ਕਿ ਪੰਜਾਬੀ ਦੇ ਪ੍ਰੋਫੈਸਰ ਨੇ ਮੈਂ ਪ੍ਰੋਫੈਸਰ ਨਹੀਂ ਕਹਾਂਗਾ ਡਾਕਟਰ ਦਵਿੰਦਰ ਸਿੰਘ ਬੜੇ ਮਾਣ ਨਾਲ ਕਹਿ ਰਹੇ ਕਿਉਂਕਿ ਮੇਰੇ ਵਿਦਿਆਰਥੀ ਵੀ ਨੇ ਮੇਰੇ ਕੋਲ ਪੜ੍ਹੇ ਵੀ ਨੇ ਔਰ ਬੜਾ ਸਤਿਕਾਰ ਕਰਦੇ ਨੇ ਬੜਾ ਅੱਛਾ ਲੱਗਦਾ ਇਹਨਾਂ ਨੂੰ ਮਿਲ ਕੇ ਜਦੋਂ ਵੀ ਮਿਲਦੇ ਬੜੇ ਵਧੀਆ ਸ਼ਖਸੀਅਤ ਨੇ ਔਰ ਇਸ ਇਲਾਕੇ ਦਾ ਪਿੰਡ ਦਾ ਸਾਡੇ ਸ਼ਹਿਰ ਦਾ ਮਾਣ ਨੇ ਔਰਗੈਨਿਕ ਸਬਜ਼ੀਆਂ ਇਹਨਾਂ ਨੇ ਗਿਫਟ ਕੀਤੀਆਂ ਮੈਨੂੰ ਸ਼ਿਮਲਾ ਮਿਰਚਾਂ ਗਿਫਟ ਕੀਤੀਆਂ ਔਰ ਮੈਂ ਬਣਾਊਂਗਾ ਜੀ ਜਾ ਕੇ ਸ਼ੁਕਰੀਆ ਤੁਹਾਡਾ ਬੇਟਾ ਜੀ ਇਹਨਾਂ ਦੇ ਫਾਰਮ ਫਰੈਸ਼ ਦਾ ਸ਼ੋਰੂਮ ਚਲਾ ਰਹੇ ਹਾਂ ਔਰ ਛੋਟਾ ਬੇਟਾ ਕੈਨੇਡਾ ਮੋਟਰ ਕੰਪਨੀ ਹੈ ਜੋ ਸਾਹਮਣੇ ਆਪਣੇ ਹੀਰੋ ਹੋਂਡਾ ਹੀਰੋ ਹੋਂਡਾ ਜਿਹੜੀ ਮੋਟਰਸ ਹੈ ਉਹਦੇ ਸਾਹਮਣੇ ਲਾਡੀਅਨ ਮੋਟਰਸ ਉਹਨਾਂ ਨੇ ਹੁਣ ਅਮੇਜ਼ਨ ਮੋਟਰ ਰੱਖ ਦਿਓ ਅਮੇਜ਼ਨ ਮੋਟਰਸ ਦੇ ਸਾਹਮਣੇ ਬਿਲਕੁਲ ਜਿਹੜਾ ਹੈ ਉਹ ਸ਼ੋਰੂਮ ਹੈਗਾ ਬੇਲਾ ਰੋਡ ਤੇ ਔਰ ਜੇਲ ਦੇ ਨਾਲ ਬਿਲਕੁਲ ਲੋਕੇਸ਼ਨ ਹੈ ਫਾਰਮ ਫਰੈਸ਼ ਸਬਜ਼ੀਆਂ ਉਹ ਸ਼ੋਰੂਮ ਤੇ ਤਜਿੰਦਰ ਬਿਜ਼ੀ ਸੀ ਬਹੁਤ ਜ਼ਿਆਦਾ ਅੱਛਾ ਉਹਦੇ ਕੋਲ ਕਾਫੀ ਕਸਟਮਰ ਇਸ ਟਾਈਮ ਹੈ ਨਾ ਸ਼ਾਮ ਧੁੱਪ ਚ ਘੱਟ ਨਿਕਲਦਾ ਇਸ ਟਾਈਮ ਹਰੇਕ ਨੂੰ ਪਤਾ ਔਰ ਸਾਡਾ ਇੱਕ ਉੱਥੇ ਵੀ ਚੋਇਸ ਹੈ ਇਹ ਵੀ ਅਸੀਂ ਕਸਟਮਰ ਨੂੰ ਆਪ ਨਹੀਂ ਸਬਜ਼ੀ ਪਾ ਕੇ ਦਿੰਦੇ ਅਸੀਂ ਹਾਂ ਉਹਨੂੰ ਵੀ ਆਪਣੀ ਪਸੰਦ ਕਿਉਂਕਿ ਸਾਰੀ ਚੀਜ਼ ਵਧੀਆ ਹੀ ਰੱਖੀ ਦੀ ਆ ਉਹਦੀ ਚੋਇਸ ਦੀ ਆਪਣੀ ਜਿੰਨੀ ਲੋੜ ਆ ਜਿੰਨੇ ਸਾਈਜ਼ ਦਾ ਜਿਹੜੀ ਹਾਂ ਉਹ ਲੈਂਦੇ ਔਰਗੈਨਿਕ ਸਾਰਾ ਹੈਗਾ ਜੀ ਹਾਂਜੀ 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 ਔਰਗੈਨਿਕ ਸਬਜ਼ੀਆਂ ਪ੍ਰੋਫੈਸਰ ਸਾਹਿਬ ਕਈ ਵਾਰ ਦੇਖਣ ਨੂੰ ਲਿਸ਼ਕ ਪੁਸ਼ਕ ਵਾਲੀਆਂ ਨਹੀਂ ਲੱਗਦੀਆਂ ਪਰ ਅਸਲੀ ਉਹੀ ਆ ਕਿਉਂਕਿ ਅਸਲ ਦੇ ਵਿੱਚ ਸਰ ਗੱਲ ਤਾਂ ਇਹ ਆ ਵੀ ਸਾਡੇ ਲੋਕ ਇੱਕ ਚਮਕ ਦਮਕ ਦੀ ਦੁਨੀਆ ਦੇ ਮਗਰ ਇੱਕ ਹੋੜ ਅੱਗੇ ਹੋਣਾ ਪੈਣਾ ਜੀ ਮਾਈਕ ਦੇ ਅੰਕਲ ਜੀ ਦਾ ਮਾਈਕ ਯੂਜ਼ ਕਰ ਲੈਣਾ ਤੁਸੀਂ ਜਿਹੜੀ ਸਾਡੇ ਇੱਕ ਹੋੜ ਲੱਗੀ ਹੈ ਚਮਕ ਦਮਕ ਦੀ ਦੁਨੀਆ ਉਹਨੇ ਸਾਡੇ ਚਿਹਰਿਆਂ ਦੇ ਉੱਤੇ ਅਸੀਂ ਫੋਕੀ ਸਜਾਵਟ ਦੇ ਨਾਲ ਜੂਣ ਲੱਗ ਪਏ ਆ ਬਹੁਤ ਸਾਰੀਆਂ ਕੋਸਮੈਟਿਕ ਕਰੀਮਾਂ ਬਹੁਤ ਸਾਰੇ ਪਾਊਡਰ ਅਸੀਂ ਯੂਜ਼ ਕਰਦੇ ਆ ਪਰ ਅਸੀਂ ਆਪਣੇ ਅੰਦਰ ਗਲੋ ਨਹੀਂ ਪੈਦਾ ਕਰਦੇ ਅੰਦਰ ਦਾ ਗਲੋ ਜਿਹੜਾ ਉਹ ਇਹਨਾਂ ਸਬਜ਼ੀਆਂ ਦੇ ਨਾਲ ਹੀ ਪੈਦਾ ਹੋਣਾ ਫਰੂਟਾਂ ਦੇ ਨਾਲ ਹੀ ਪੈਦਾ ਹੋਣਾ ਅਸੀਂ ਲੋਕਾਂ ਨੂੰ ਵੀ ਅਪੀਲ ਕਰਦੇ ਹਾਂ ਤੇ ਬੱਲੇ ਬੱਲੇ ਚੈਨਲ ਨੂੰ ਵੀ ਅਪੀਲ ਕਰਦੇ ਹਾਂ ਬਈ ਉਹ ਇਸ ਚੀਜ਼ ਨੂੰ ਵੱਧ ਚੜ੍ਹ ਕੇ ਲੋਕਾਂ ਨੂੰ ਦਿਖਾਉਣ ਤੇ ਲੋਕਾਂ ਦੇ ਵਿੱਚ ਅਵੇਅਰਨੈਸ ਪੈਦਾ ਹੋਵੇ ਦੇਖੋ ਜੀ ਇਹ ਪ੍ਰੋਫੈਸਰ ਸਾਹਿਬ ਸ਼ਬਦਾਂ ਦੀ ਜਿਹੜੀ ਹੈ ਨਾ ਉਹ ਜਿਹੜੀ ਚਲਾਉਣਾ ਸ਼ਬਦਾਂ ਨੂੰ ਜੋੜਨਾ ਸ਼ਬਦਾਂ ਨੂੰ ਹੀ ਉਹ ਕਹਿੰਦੇ ਵੀ ਪੀੜ੍ਹੀ ਗੱਠਣੀ ਉਹ ਇਹਨਾਂ ਨੂੰ ਆਉਂਦੀ ਹੈ ਵਧੀਆ ਤਰੀਕੇ ਨਾਲ ਇਹਨਾਂ ਨੇ ਗੱਲ ਕਹੀ ਹੈ ਕੋਸਮੈਟਿਕ ਦੇ ਸਮੇਂ 'ਚ ਅਸੀਂ ਰਹਿ ਰਹੇ ਹਾਂ ਔਰ ਕੋਸਮੈਟਿਕ ਦਾ ਜਿਹੜਾ ਸਾਡਾ ਸਿਸਟਮ ਬਣ ਗਿਆ ਸਬਜ਼ੀਆਂ ਵੀ ਅਸੀਂ ਕੋਸਮੈਟਿਕ ਦੀਆਂ ਖਰੀਦਣੀਆਂ ਜਾਂਦੇ ਹਾਂ ਔਰ ਉਸ ਤੋਂ ਬਾਅਦ ਸਾਨੂੰ ਫਿਰ ਲਿਵਰ ਦੀ ਪ੍ਰੋਬਲਮ ਆ ਜਾਂਦੀ ਹੈ ਫਿਰ ਕੋਈ ਹੋਰ ਦੇਖੋ ਇੰਨੀ ਹੀਟ ਹੈ ਇੱਥੇ ਵੀਡੀਓ ਸ਼ੂਟ ਕਰਨਾ ਵੀ ਕਾਫੀ ਮੁਸ਼ਕਲ ਲੱਗ ਰਿਹਾ ਪਰ ਇਹ ਹੈ ਵੀ ਸਹੀ ਟੈਂਪਰੇਚਰ ਸਬਜ਼ੀਆਂ ਨੂੰ ਮਿਲ ਜਾਂਦਾ ਔਰ ਸਹੀ ਜਿਹੜਾ ਜੋ ਰਿਕੁਆਇਰਡ ਟੈਂਪਰੇਚਰ ਜਿਹੜੇ ਕੀਟਾਣੂ ਵੀ ਬਾਹਰ ਘੁੰਮ ਰਹੇ ਕੰਮਦੇ ਉਹ ਨੈਟ ਕਰਕੇ ਅੰਦਰ ਨਹੀਂ ਉਹ ਦਾਖਲ ਹੁੰਦੇ ਜਿਹੜਾ ਵੀ ਬਾਹਰ ਘੁੰਮ ਰਿਹਾ ਹੈ ਉਹ ਰੇਹਾਂ ਸਪਰੇਹਾਂ ਤੋਂ ਇਹਦਾ ਬਚਾਅ ਹੋ ਜਾਂਦਾ ਹੈ ਤੇ ਜਾਲੀ ਜਿਹੜੀ ਨੈਟ ਹੈ ਇਹ ਇਸ ਚੀਜ਼ ਦਾ ਕੰਮ ਕਰਦੀ ਹੈ ਇੱਕ ਤਰ੍ਹਾਂ ਨਾਲ ਫਿਲਟਰ ਹੈ ਇਹਨਾਂ ਸਬਜ਼ੀਆਂ ਦੇ ਲਈ ਤਾਂ ਜੋ ਬਾਹਰੋਂ ਕੋਈ ਵੀ ਗੰਦਗੀ ਜਿਹੜੀ ਹੈ ਮੱਛਰਾਂ ਦੇ ਰੂਪ 'ਚ ਮੱਖੀਆਂ ਦੇ ਰੂਪ ਦੇ ਵਿੱਚ ਆਉਣੀ ਹੈ ਉਹ ਇਹਨਾਂ ਨੂੰ ਰੋਕ ਲੈਂਦੀ ਹੈ ਪ੍ਰੋਡਕਸ਼ਨ ਵੀ ਵਧੀਆ ਪ੍ਰੋਡਕਸ਼ਨ ਹੈ ਆਪ ਵੀ ਖਾਣ ਨੂੰ ਵਧੀਆ ਆਪ ਵੀ ਖਾਣ ਨੂੰ ਤੇ ਹਰੇਕ ਕਸਟਮਰ ਵੀ ਇਹਨੂੰ ਪ੍ਰੈਫਰੈਂਸ ਦਿੰਦਾ ਹੈ ਕਿ ਅਸੀਂ ਨੈਟ ਵਾਲੀ ਸਬਜ਼ੀ ਸਾਨੂੰ ਮਿਲੇ ਤਾਂ ਵਧੀਆ ਹੈ ਤੇ ਉਹ ਕਹਿਦਾ ਸਪੈਸ਼ਲੀ ਆ ਕੇ ਕਸਟਮਰ ਨੂੰ ਪਤਾ ਹੈ ਵੀ ਇਹਨਾਂ ਕੋਲ ਵਧੀਆ ਚੀਜ਼ਾਂ ਨੇ ਤਾਂ ਉਹ ਇਹਨੂੰ ਲਾਈਕ ਕਰਕੇ ਆ ਕੇ ਲੈ ਕੇ ਜਾਂਦੇ ਨੇ ਇੱਕ ਚੀਜ਼ ਹੋਰ ਵੀ ਹੈ ਮੈਂ ਦੇਖਿਆ ਜੀ ਜਿਹੜੇ ਅਸੀਂ ਟੇਸਟ ਦਾ ਵੀ ਫਰਕ ਹੈ ਹਾਂ ਟੇਸਟ ਦਾ ਵੀ ਫਰਕ ਹੈ ਜੀ ਦਾ ਜ਼ਮੀਨ ਅਸਮਾਨ ਦਾ ਫਰਕ ਹੈ ਕਿਉਂਕਿ ਜਿਹੜੀ ਫਰੈਸ਼ਨੈਸ ਜਿਹੜੀ ਇਹਨਾਂ ਸਬਜ਼ੀਆਂ ਦੇ ਵਿੱਚ ਹੈ ਤੇ ਸਾਡੀ ਵੈਸੇ ਵੀ ਉੱਥੇ ਫਾਰਮ ਤੇ ਆਪਣੇ ਦੁਕਾਨ ਤੇ ਕੋਸ਼ਿਸ਼ ਹੁੰਦੀ ਵੀ ਅਸੀਂ ਕਿਉਂਕਿ ਲੋਕਲ ਆ ਨਾਲ ਦੀ ਨਾਲੇ ਉਹਨਾਂ ਕੇ ਸਮਾਨ ਲਜਾਈਏ ਜਿੰਨਾ ਕੁ ਵਰਤੋਂ ਚ ਆਵੇ ਬਾਸੀ ਨਾ ਹੋਵੇ ਤਾਜ਼ਾ ਹੀ ਮਾਲ ਲਈਏ ਸਾਡਾ ਔਰ ਇਹ ਜਿਹੜੀਆਂ ਸਬਜ਼ੀਆਂ ਦੀ ਇੱਕ ਖਾਸ ਹੈ ਕਿ ਸਾਡੇ ਨਾ ਕੁਝ ਸ਼ਹਿਰਾਂ ਦੇ ਬੱਚੇ ਜਿਹੜੇ ਖਾਸ ਤੌਰ ਤੇ ਉਹਨਾਂ ਨੂੰ ਪਤਾ ਨਹੀਂ ਸ਼ਿਮਲਾ ਮਿਰਚ ਲੱਗਦੀ ਕਿੱਦਾਂ ਉੱਗਦੀ ਹੈ ਚੌਲ ਕਿੱਦਾਂ ਉੱਗਦੇ ਕਣਕ ਕਿੱਦਾਂ ਉੱਗਦੀ ਹੈ ਹਨਾ ਭਿੰਡੀ ਕਿੱਦਾਂ ਉੱਗਦੀ ਹੈ ਤਾਂ
ਇੱਕ ਵਾਰੀ ਅਸੀਂ ਆਪਣਾ ਇੱਕ ਸਕੂਲ ਚਲਾਉਂਦੇ ਲਿਟਲ ਐਂਜਲ ਸਮਾਰਟ ਸਕੂਲ ਕਰਕੇ, ਉਹ ਅਸੀਂ ਇੱਥੇ ਬੱਚਿਆਂ ਨੂੰ ਦਿਖਾਉਣ ਲਿਆਏ, ਬੜੇ ਯੰਗ ਪੇਰੈਂਟਸ ਬੜੇ ਖੁਸ਼ ਹੋਏ। ਤਾਂ ਕੀ ਕਹਿੰਦੇ ਹੋ ਜੇ ਅਸੀਂ ਕਦੀ ਕਦਾਈ ਇੱਥੇ ਸਬਜ਼ੀ ਲੈਣ ਹੀ ਆ ਗਏ ਇੱਥੇ ਤੁਹਾਡੇ ਕੋਲ? ਇੱਦਾਂ ਹੁੰਦਾ ਨਾ ਜਿਹੜੀ ਇੱਥੇ ਅੰਦਰ ਤੇ ਲੈਣ ਦਾ ਹੁੰਦਾ ਵੀ ਅਸੀਂ ਚੀਜ਼ ਤਾਂ ਉਹੀ ਦਿੰਦੇ, ਇਸੇ ਕਰਕੇ ਅਸੀਂ ਉਹ ਫਾਰਮ ਫਰੈਸ਼ ਜਿਹੜਾ ਸ਼ੋਰੂਮ ਬਣਾਇਆ ਉੱਥੇ ਦੁਕਾਨ, ਉਹ ਇਸੇ ਕਰਕੇ ਫਰੈਸ਼ ਚੀਜ਼ ਅਗਲੇ ਉੱਥੇ ਤੋੜ ਕੇ ਭੇਜ। ਚਲੋ ਵਿਜ਼ਿਟ ਜੇ ਕੋਈ ਕਰਨਾ ਚਾਹੇ ਆ ਜਰ ਮਰਜੀ ਦੀ, ਵੈਲਕਮ ਆ, ਆਨੰਦ ਲੈ ਰਹੇ ਹਾਂ। ਔਰ ਆਪਣੇ ਵਿਦਿਆਰਥੀ ਔਰ ਖਾਸ ਪ੍ਰੇਮੀ ਸੱਜਣ ਹੈ ਨਾ ਅੱਜ ਪ੍ਰੋਫੈਸਰ ਡਾਕਟਰ ਦਵਿੰਦਰਜੀਤ ਸਿੰਘ ਦੇ ਹੱਥੋਂ ਲਿਆ, ਤੁਹਾਡੇ ਹੱਥੋਂ ਗਿਫਟ ਲਿਆ, ਇਹਦਾ ਤਾਂ ਨਜ਼ਾਰਾ ਕੁਛ ਅਲੱਗ ਹੀ ਹੈ। ਠੀਕ ਹੈ ਸਰ।